ਆ ਵੇਖ ਲੋ ਜੀ ਹਾਲਾਤ ਵੇਖ ਲੋ ਆ ਬਟਾਲਾ ਬਿਆਸ ਮੁੱਖ ਮਾਰਗ ਆ ਬਟਾਲਾ ਬਿਆਸ ਮੁੱਖ ਮਾਰਗ ਮੈਂ ਉਹਦੀ ਗੱਲ ਕਰ ਰਿਹਾ ਤੇ ਰਾਣਾ ਸ਼ੂਗਰਸ ਲਿਮਟਿਡ ਦੀ ਆ ਜਿਹੜੀ ਗੱਡੀ ਆ ਜਿਹਦੇ ਤੇ ਮੋਟਾ ਮੋਟਾ ਕਰਕੇ ਰਾਣਾ ਸ਼ੂਗਰਸ ਲਿਮਟਿਡ ਲਿਖਿਆ ਆ ਇਹ ਬਟਾਲਾ ਬਿਆਸ ਮੁੱਖ ਮਾਰਗ ਦੇ ਉੱਤੇ ਦੇਖੋ ਕੀ ਗੰਦ ਪਾਉਣ ਦੀ ਆ ਆ ਦੇਖੋ ਗੰਦਾ ਪਾਣੀ ਜਿਹੜਾ ਆਪਣੇ ਸ਼ੂਗਰ ਮਿੱਲ ਦਾ ਗੰਦਾ ਪਾਣੀ ਜਿਹੜਾ ਬਟਾਲਾ ਬਿਆਸ ਮੁੱਖ ਮਾਰਗ ਦੇ ਉੱਤੇ ਜਿਹੜਾ ਉਹ ਖਿਲਾਰਿਆ ਜਾ ਰਿਹਾ ਤੇ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਵਾਂ ਆ ਰਾਣਾ ਖੰਡ ਮਿੱਲ ਆ ਆ ਰਾਣਾ ਸ਼ੂਗਰ ਲਿਮਟਿਡ ਆ ਜਿੱਥੇ ਹੁਣ ਬੇਤਹਾਸ਼ਾ ਪਾਣੀ ਜਿਹੜਾ ਗੰਦਲਾ ਪਾਣੀ ਜਿਹੜਾ ਬੇਤਹਾਸ਼ਾ ਜਿਹੜਾ ਵਾ ਉਹ ਨਿਕਲਣਾ ਸ਼ੁਰੂ ਹੋ ਗਿਆ ਹੁਣ ਤੇ ਆਹ ਦੇਖ ਲਓ ਆਹ ਦੇਖ ਲਓ ਤਸਵੀਰਾਂ ਇੱਥੋਂ ਦੀਆਂ ਤੇ ਇਹ ਗੰਦ ਦੇਖੋ ਕਿੱਦਾਂ ਰਾਣਾ ਗੁਰਜੀਤ ਕਿਸ ਤਰੀਕੇ ਦੇ ਨਾਲ ਆਪਣਾ ਜਿੱਥੇ ਧਰਤੀ ਦੇ ਹੇਠਲਾ ਪਾਣੀ ਜਿਹੜਾ ਵਾ ਸਾਡਾ ਉਹ ਗੰਦਾ ਕਰ ਰਿਹਾ ਉੱਥੇ ਇਹ ਗੰਦਾ ਪਾਣੀ ਜਿਹੜਾ ਵਾ ਇਹ ਬਟਾਲਾ ਬਿਆਸ ਮੁੱਖ ਮਾਰਗ ਜਿਹਨੂੰ ਅੱਜ ਕੱਲ੍ਹ ਨੈਸ਼ਨਲ ਹਾਈਵੇ ਦਾ ਦਰਜਾ ਦਿੱਤਾ ਗਿਆ ਵਾ ਤੇ ਇਹ ਉਸ ਰੋਡ ਦੇ ਉੱਤੇ ਜਿਹੜਾ ਵਾ ਉਹ ਗੰਦ ਪਾ ਰਿਹਾ ਇਸ ਰੋਡ ਦੇ ਉੱਤੇ ਜਿਸ ਰੋਡ ਦੇ ਉੱਤੇ ਮੈਂ ਤੁਹਾਨੂੰ ਜਿਹੜਾ ਵਾ ਤਸਵੀਰਾਂ ਦਿਖਾ ਰਿਹਾ ਇਹ ਰਾਣਾ ਗੁਰਜੀਤ ਦੀਆਂ ਕਰਤੂਤਾਂ ਨੇ ਕਾਲੀਆਂ ਤੇ ਘਟੀਆ ਕਰਤੂਤਾਂ ਨੇ ਇਹਨਾਂ ਕਰਤੂਤਾਂ ਨੂੰ ਜਿਹੜਾ ਵਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹੋ ਜਿਹੜੇ ਰਾਕਸ਼ ਬੁੱਧੀ ਲੋਕ ਜਿਹੜੇ ਕੁਦਰਤ ਲਈ ਜਿਹੜਾ ਉਹ ਆਪਣੀਆਂ ਰਾਕਸ਼ ਰੂਪੀ ਕਰਤੂਤਾਂ ਜਿਹੜੀਆਂ ਉਹ ਕਿਵੇਂ ਕਰ ਰਹੇ ਨੇ ਸੋ ਇਹ ਤੁਸੀਂ ਜਿਹੜੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਮੈਂ ਇਹ ਰਾਣਾ ਸ਼ੂਗਰ ਲਿਮਟਿਡ ਬੁੱਟਰ ਸਿਵੀਆ ਦੀਆਂ ਤਸਵੀਰਾਂ ਨੇ ਸੋ ਤੁਸੀਂ ਆਪ ਦੇਖ ਲਓ ਕਿ ਜਿਹੜਾ ਰਾਜਨੀਤੀ ਦੀ ਆੜ ਦੇ ਵਿੱਚ ਕੁਦਰਤ ਦੇ ਜਿਹੜੇ ਸਰੋਤ ਨੇ ਸਾਡੇ ਸਾਫ ਹਵਾ ਤੇ ਸਾਫ ਪਾਣੀ ਇਹਨਾਂ ਦੇ ਵਿੱਚ ਕਿਵੇਂ ਇਹ ਲੋਕ ਜਿਹੜੇ ਨੇ ਰਾਜਨੀਤੀ ਨੂੰ ਢਾਲ ਬਣਾ ਕੇ ਉਹਦੇ ਚ ਜ਼ਹਿਰ ਘੋਲ ਰਹੇ ਨੇ ਇਹੋ ਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਤੇ ਸ਼ਰਮ ਉਹਨਾਂ ਨੂੰ ਵੀ ਆਉਣੀ ਚਾਹੀਦੀ ਆ ਜਿਨ੍ਹਾਂ ਦੀ ਇੱਕ ਮੋਰਲ ਡਿਊਟੀ ਬਣਦੀ ਆ ਸਾਡੇ ਸਾਫ ਹਵਾ ਤੇ ਸਾਫ ਪਾਣੀ ਦੀ ਰਾਖੀ ਕਰਨ ਦੀ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਤੇ ਸ਼ਰਮ ਆਉਣੀ ਚਾਹੀਦੀ ਆ ਸਾਡੀਆਂ ਸਰਕਾਰਾਂ ਨੂੰ ਵੀ ਸਰਕਾਰਾਂ ਨੂੰ ਸ਼ਰਮ ਇਸ ਕਰਕੇ ਕਿਉਂਕਿ ਪਹਿਲਾਂ ਅਕਾਲੀਆਂ ਦੀ ਸਰਕਾਰ ਵੇਲੇ ਵੀ ਇਹ ਰਾਣਾ ਗੁਰਜੀਤ ਸਾਡੇ ਏਰੀਏ ਦੇ ਵਿੱਚ ਇਸੇ ਤਰੀਕੇ ਨਾਲ ਗੰਦ ਘੋਲਦਾ ਰਿਹਾ ਉਹ ਤੋਂ ਬਾਅਦ ਕਾਂਗਰਸ ਦੇ ਰਾਜ ਦੇ ਵਿੱਚ ਵੀ ਲਗਾਤਾਰ ਇਹ ਪਾਣੀ ਦੇ ਵਿੱਚ ਜ਼ਹਿਰ ਘੋਲਦਾ ਰਿਹਾ ਸਾਡੀ ਹਵਾ 'ਚ ਜਿਹੜਾ ਇਹ ਸਵਾਹ ਛੱਡਦਾ ਰਿਹਾ ਉਹ ਤੋਂ ਬਾਅਦ ਇਹੀ ਨਹੀਂ ਸਾਡੇ ਏਰੀਏ ਦੇ ਵਿੱਚ ਲੋਕਾਂ ਨੂੰ ਬੁੱਟਰ ਸਿਵੀਆ ਬੁੱਟਰ ਖੁਰਦ ਅਤੇ ਦਿਆਲਗੜ੍ਹ ਦੇ ਲੋਕਾਂ ਨੂੰ ਸੁਰੱਖਿਅਤ ਘਰਾਂ ਤੱਕ ਨਾ ਜਾਣ ਦੇਣ ਲਈ ਵੀ ਆਪਣੀਆਂ ਘਟੀਆ ਅਤੇ ਕਾਲੀਆਂ ਕਰਤੂਤਾਂ ਕਰਦਾ ਵਾ ਇਹਦੇ ਤੋਂ ਬਾਅਦ ਜੇਕਰ ਅਸੀਂ ਲੋਕ ਆਵਾਜ਼ ਚੁੱਕਦੇ ਹਾਂ ਇਹਦੀਆਂ ਘਟੀਆ ਅਤੇ ਕਾਲੀਆਂ ਕਰਤੂਤਾਂ ਨੂੰ ਤੁਹਾਡੇ ਲੋਕਾਂ ਦੇ ਸਾਹਮਣੇ ਐਕਸਪੋਜ਼ ਕਰਦੇ ਹਾਂ ਤਾਂ ਇਹ ਪਰਚੇ ਕਰਵਾ ਦਿੰਦਾ ਰਿਹਾ ਸਾਨੂੰ ਜੇਲ੍ਹਾਂ 'ਚ ਸੁੱਟ ਦਿੰਦਾ ਰਿਹਾ ਉਹ ਤੋਂ ਬਾਅਦ ਸਰਕਾਰ ਬਦਲੀ ਅਸੀਂ ਸੋਚਿਆ ਕਿ ਹਾਲਾਤ ਬਦਲ ਜਾਣਗੇ ਪਰ ਹਾਲਾਤ ਅੱਜ ਵੀ ਜਿਉਂਦੇ ਤਿਉਂ ਨੇ ਹਾਲਾਤ ਅੱਜ ਵੀ ਆਹ ਮੈਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੱਜ ਦੀਆਂ ਤਸਵੀਰਾਂ ਨੇ ਆਮ ਆਦਮੀ ਪਾਰਟੀ ਦੇ ਰਾਜ ਦੀਆਂ ਤਸਵੀਰਾਂ ਨੇ ਤੇ ਉਸ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵੇਲੇ ਦੀਆਂ ਤਸਵੀਰਾਂ ਨੇ ਜਿਸ ਪਾਰਟੀ ਨੂੰ ਅਸੀਂ ਬੜੀਆਂ ਰੀਝਾਂ ਦੇ ਨਾਲ ਤੇ ਬੜੇ ਆਪਣੇ ਮਨ ਦੇ ਵਿੱਚ ਇਹ ਸੋਚ ਕੇ ਵੀ ਹਾਂ ਇਹ ਰਾਜਨੀਤੀ ਨੂੰ ਬਦਲ ਦੇਣਗੇ ਪਰ ਅਫਸੋਸ ਦੇ ਨਾਲ ਇਹ ਕਹਿਣਾ ਪੈ ਰਿਹਾ ਕਿ ਜਿਸ ਗੰਦੀ ਫੈਕਟਰੀ ਦੇ ਵਿੱਚੋਂ ਜਿਸ ਈਥਨੋਲ ਬਣਾਉਣ ਵਾਲੀ ਫੈਕਟਰੀ ਦੇ ਵਿੱਚੋਂ ਇਹ ਗੰਦਾ ਤੇ ਕਾਲਾ ਪਾਣੀ ਇਸ ਸੜਕ ਦੇ ਉੱਤੇ ਅੱਜ ਖਿਲਾਰਿਆ ਜਾ ਰਿਹਾ ਇਹ ਸਾਡੀ ਸਰਕਾਰ ਦੇ ਵੇਲੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੇਲੇ ਇਹਨੂੰ ਜਿਹੜੀ NOC ਜਿਹੜੀ ਪੰਚਾਇਤ ਨੂੰ DC ਨੇ ਹੁਕਮ ਕੀਤਾ ਸੀ NOC ਦੇਣ ਲਈ ਉਹਨੂੰ ਜਦੋਂ ਰੱਦ ਵੀ ਕਰ ਦਿੱਤਾ ਤੇ ਉਹਦੇ ਬਾਵਜੂਦ ਵੀ ਇਹ ਫੈਕਟਰੀ ਜਿਹੜੀ ਇਹ ਚੱਲੀ ਆ ਇਹ ਫੈਕਟਰੀ ਦੇ ਵਿੱਚ ਹੁਣ ਬਹੁਤ ਜ਼ਿਆਦਾ ਬੇਤਹਾਸ਼ਾ ਪਾਣੀ ਜਿਹੜਾ ਵਾ ਗੰਦਲਾ ਪਾਣੀ ਜਿਹੜਾ ਉਹ ਨਿਕਲ ਰਿਹਾ ਵਾ ਜਿਹਦੇ ਵਿੱਚ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਲਿਆ ਕਿ ਕਿਸ ਤਰੀਕੇ ਦੇ ਨਾਲ ਇਹ ਰਾਣਾ ਗੁਰਜੀਤ ਜਿਹੜਾ ਇਹ ਉਸ ਗੰਦਲੇ ਪਾਣੀ ਨੂੰ ਹੁਣ ਸੜਕਾਂ ਦੇ ਖਿਲਾਰਨ ਲੱਗ ਪਿਆ ਇਹ ਪਹਿਲੀ ਵਾਰ ਇਹੋ ਜਿਹੀ ਤਸਵੀਰ ਵੇਖੀ ਆ ਕਿ ਬਟਾਲਾ ਬਿਆਸ ਹਾਈਵੇ ਦੇ ਉੱਤੇ ਜਿਹੜਾ ਵਾ ਇਹ ਆਪਣਾ ਗੰਦ ਪਾਉਣ ਦਿਆ ਹੋਵੇ ਸੋ ਕੋਸ਼ਿਸ਼ ਕਰਿਓ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ
राणा गुरजीत दियां कालियां ते घटिया करतूतां इहदे तों अलग नपुंसक होई पंजाब सरकार जिहड़ी आ ਉਹ ਉਹਨੂੰ ਆਪਣੇ ਜਿਹੜਾ ਅਕਾਦ ਦਾ ਪਤਾ ਲੱਗ ਸਕੇ ਕਿ ਅਸੀਂ ਲੋਕਾਂ ਨੂੰ ਸਾਫ਼ ਹਵਾ ਸਾਫ਼ ਪਾਣੀ ਅਤੇ ਸਾਫ਼ ਰਾਹ ਦੇਣ ਦੇ ਵਿੱਚ ਜਿਹੜਾ ਉਹ ਅਸਫਲ ਹੋਏ ਹਾਂ। ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।